ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭਰਾ ਨੂੰ, ਵੈਲਕਮ ਟੂ ਬੈਕ ਮਾਈ ਚੈਨਲ ਰਮਨਦੀਪ ਸਿੰਘ ਵਲੋਗ। ਤੁਹਾਡੇ ਭਰਾ ਦਾ ਛੋਟਾ ਜਿਹਾ ਚੈਨਲ ਆ। ਅੱਜ ਇੱਕ ਨਿਊ ਵਲੋਗ ਲੈ ਕੇ ਆਇਆ ਵਾਂ, ਆਸ਼ਾ ਕਰਦਾ ਤੁਹਾਨੂੰ ਬਹੁਤ ਵਧੀਆ ਲੱਗੇਗਾ। ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਹੈ, ਅਤੇ ਹੋਰ ਵੀ ਭਰਾ ਨੇ ਕਾਫੀ ਪਿੰਡੋਂ ਆਏ ਨੇ, ਅਤੇ ਮੈਂ ਹੁਣ ਪਹਿਲੇ ਜਾਵਾਂਗਾ ਬਟਾਲੇ, ਇੱਥੋਂ ਬੱਸ ਫੜਦਾ ਵਾਂ ਬਟਾਲੇ ਜਾਵਾਂਗਾ। ਬਟਾਲੇ ਜਾ ਕੇ ਫਿਰ ਮੈਨੂੰ ਕੋਈ ਮਿਲਦੇ ਨੇ, ਠੀਕ ਹੈ। ਬਾਕੀ ਫਾਈਨਲੀ ਆ ਗਏ ਅਸੀਂ ਗੋਲ ਗੱਪਿਆਂ ਦੀ ਰੇਹੜੀ 'ਤੇ, ਅਤੇ ਖਾਵਾਂਗੇ ਗੋਲ ਗੱਪੇ ਭਾਜੀ ਬਹੁਤ ਵਧੀਆ ਵਧੀਆ ਕਰਾਰੇ ਖਾਣੇ ਤੋਂ ਦਾਦੂ। ਹਾਂ ਚਲੋ, ਜਿੰਨਾ ਚਿਰ ਨਹੀਂ ਆਉਂਦੇ ਗੋਲ ਗੱਪੇ ਸਹੀ, ਬਾਕੀ ਕਮੈਂਟ 'ਚ ਦੱਸਿਓ ਕਿੰਨੇ ਕਿੰਨੇ ਵਧੀਆ ਲੱਗਦੇ ਨੇ। ਬਟਾਲੇ ਬਾਹਰ ਹੀ ਆ ਰੇਹੜੀ ਆ। ਹਾਂਜੀ ਹਾਂਜੀ, ਮਿੱਠੀ ਜ਼ਿਆਦਾ ਰੱਖਿਓ ਹਿਸਾਬ ਦੀ ਰੱਖਿਓ। ਲਓ ਜੀ ਕਰੋ ਦਰਸ਼ਨ। ਬਹੁਤ ਸਵਾਦ ਮਿਲਦੇ। ਲਓ ਜੀ ਚਾਹ ਲਈ ਅਸੀਂ ਛੱਤ, ਚਲੀਏ ਆਜੀ ਨੂੰ ਚਾਹ ਲੈ ਕੇ ਆਏ ਸੀ। ਨਿਆਣੇ ਗਿਣ ਗਏ ਅੰਦਰ, ਨਿਆਣੇ ਗਿਣੋ। ਵੰਸ਼ੂ ਬਲੋਗਰ ਜੀ ਚੱਲੇ ਅਸੀਂ, ਹੁਣ ਵੰਸ਼ੂ ਬਲੋਗਰ ਜੀ ਚੱਲੇ ਨੇ। ਮੈਂ ਪਹਿਲਾਂ ਪਿੱਛੇ ਕੇ ਅੱਗੇ ਪਾਵਾਂ, ਅੱਗੇ ਹੈਗੀ ਤੇ ਥਾਂ ਬਿਠਾਓ ਉੱਪਰਲੇ ਬੰਨੇ, ਵਿਆਹ ਕਰੋ ਉੱਪਰਲੇ ਬੰਨੇ। ਬਟਾਲੇ ਹੀ ਰੁਕੀ ਪਿੰਡ ਰੱਟਾ ਡੇਰਾ ਬਾਬਾ ਨਾਨਕ। ਸੋ ਫਾਈਨਲੀ ਰੁਕੇ ਹਾਂ, ਚਾਹ ਚੂਹ ਪਾਣੀ ਪੂਣੀ ਪੀ ਲਈਏ, ਫਿਰ ਚੱਲਦੇ। ਵੰਸ਼ੂ ਵਲੋਗਰ ਜੀ ਆਏ ਨੇ, ਵੰਸ਼ੂ ਵਲੋਗਰ ਜੀ ਆਏ ਨੇ। ਸਾਰੇ ਹਮ ਪੱਤਿਆਂ
ਇਹ ਵੰਸ਼ੂ ਬਲੌਗਰ ਛੋਟੇ ਉਹ ਵੰਸ਼ੂ ਬਲੌਗਰ ਦੇਖੀਏ ਹਾਂਜੀ ਰਹਿ ਗਿਆ 5 ਕਿਲੋਮੀਟਰ ਨਹਾ ਹੋ ਗਿਆ ਪਕੌੜਿਆਂ ਦੁਆਲੇ ਹੁੰਦੇ ਹਾਂ ਅਤੇ ਫਿਰ ਕਰਾਉਂਦੇ ਤੁਹਾਨੂੰ ਦਰਸ਼ਨ ਪਕੌੜਿਆਂ ਦੇ ਡਰਾਈਵਰ ਸਾਹਿਬ ਆ ਜੀ ਰਜਾਈ 'ਚ ਨੱਪੇ ਨੇ ਅਸੀਂ ਇਹਨਾਂ ਦੇ ਐਂਟੀਨੇ ਵਰਗੇ ਗੋਡੇ ਖੜ੍ਹੇ ਆ ਇਹ ਤੁਹਾਨੂੰ ਵੇਖਦੇ ਹੋਣੇ ਚਲੋ ਠੀਕ ਆ ਤੁਰ ਪੈਣ ਲੱਗੇ ਹਾਂ ਥੋੜ੍ਹਾ ਸਮਾਨ ਜਿਹਾ ਲੈਣਾ ਤਾਂ ਰੁਕੇ ਹਾਂ ਬਾਬਾ ਜੀ ਨੇ ਆਨੰਦ ਲਿਆਤਾ ਚਾਹ ਲੰਗਰ ਛਕ ਲਿਆ ਸਵੇਰ ਦਾ ਟਾਈਮ ਹੋ ਗਿਆ 7:42 ਰਾਤੀ ਜੋ ਅੰਮ੍ਰਿਤਸਰ ਤੋਂ ਜਾਗਣ ਡੇ ਬੈਠੇ ਹਾਂ ਆਪਾਂ ਅੱਗੇ ਟਰੈਕਟਰ ਦੇ ਅਤੇ ਪੂਰੇ ਮੰਨ ਕੇ ਚੱਲੋ ਕਿ 5 ਵਜੇ ਜਾ ਕੇ ਆਪਾਂ ਫਿਰ ਜਾ ਕੇ ਪਿੱਛੇ ਟਰਾਲੀ 'ਤੇ ਰੈਸਟ ਕੀਤੀ ਅਤੇ ਆਹ ਵੇਖੋ ਜਾਨਵਰ ਬ੍ਰੈਡ ਪਾ ਕੇ ਜਾ ਰਹੇ ਨੇ ਸਾਰੇ ਛੋਟੇ ਛੋਟੇ ਬੱਚੇ ਵੀ ਨੇ ਵਿੱਚ ਕਾਫੀ ਨੇ ਇੱਥੇ ਆਹ
ਦਰਸ਼ਨਾਂ ਲਈ ਪਹੁੰਚ ਗਏ ਜੀ ਆਨੰਦਪੁਰ ਸਾਹਿਬ ਦੇ ਗਾਣੇ ਕੋਈ ਦੁਕਾਨਾਂ ਲੱਗੀਆਂ ਹੋਈਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਚੜ੍ਹਦੀ ਕਲਾ ਚ ਰੱਖੀ ਮਹਾਰਾਜ ਦੀ ਗੱਲ ਸਜਾਵਟ ਆਰੰਭ ਹੋ ਗਈ ਹੈ ਸਜਾਵਟ ਕਰ ਰਹੇ ਨੇ ਸਿੰਘ 24 ਨੂੰ ਇੱਥੇ ਮਹਾਨਗਰ ਕੀਰਤਨ ਆ ਅਤੇ 26 ਨੂੰ ਉਲੰਭਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੇਗਾ ਲੈ ਲਈ ਪ੍ਰਸ਼ਾਦ ਦੀ ਫਾਈਨਲੀ ਅਸੀਂ ਆ ਗਏ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੁਸੀਂ ਵੀ ਕਰੋ ਦੱਸੋ ਫਾਈਨਲੀ ਅਸੀਂ ਮਤਾ ਲੈ ਕੇ ਆ ਗਏ ਬਾਹਰ ਵੀਡੀਓ ਚੱਲਦਾ ਪਿਆ ਫੋਨ ਲਾਊਡ ਨਹੀਂ ਸੀ ਪਰ ਫਿਰ ਵੀ ਆਪਣਾ ਹਰ ਚੀਜ਼ ਦੇ ਦੱਸ ਹਾਂਜੀ
ਕਰ ਦਰਸ਼ਨ ਦਰਸ਼ਨ ਕਰਨ ਸਾਹਮਣੇ ਚੋਟੀ ਤੇ ਨੈਣਾ ਦੇਵੀ ਫਾਈਨਲੀ ਆ ਗਏ ਅਸੀਂ ਬਾਹਰ ਮੱਥਾ ਟੇਕ ਲਿਆ ਵੀ ਆ ਗਿਆ ਪਿੱਛੇ ਚੱਲਦੇ ਲੰਗਰ ਹਾਲ ਫਿਰ ਵਿਖਾਉਂਦੇ ਤੁਹਾਨੂੰ ਕੀ ਬਣਿਆ ਪੰਜ ਦਰਸ਼ਨ ਕਰਕੇ ਜਾ ਰਹੇ ਵਾਪਸ ਡਾਇਰੈਕਟਰ ਦੇ ਕੋਲ ਬਾਕੀ ਬਰਾਏ ਦੇਖਦੇ ਹਾਂ ਕਿ ਸਮਾਨ ਸਮੂਨ ਲੈਣਾ ਤਾਂ ਫਿਰ ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ ਅਜੇ ਹੋਰ ਵੀ ਗੁਰਦੁਆਰੇ ਘੁੰਮਣੇ ਸਾਰੇ ਦਰਸ਼ਨ ਕਰਾਵਾਂਗਾ